ਮਲੇਰਕੋਟਲਾ ਵਾਰਡ ਨੰਬਰ 4 ਦੇ ਅਕਾਲੀ ਉਮੀਦਵਾਰ ਅਤੇ ਉਹਨਾਂ ਦੇ ਸਾਥੀਆਂ ਨੇ ਕੱਚਾ ਦਰਵਾਜ਼ਾ ਜਮਾਲਪੁਰ ਵਿਖੇ ਆਪਣੇ ਚੋਣਾਵੀ ਮੁੱਦਿਆਂ ਨੂੰ ਦੱਸਦਿਆਂ ਕਾਂਗਰਸ ਪਾਰਟੀ 'ਤੇ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਸਮੇਂ ਸ਼ੁਰੂ ਕੀਤਾ ਗਿਆ ਉਹਨਾਂ ਦੇ ਇਲਾਕੇ ਦਾ ਸੇਵਾ ਕੇਂਦਰ ਬੰਦ ਕਰ ਦਿੱਤਾ ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਹਨਾਂ ਨੂੰ ਕਿਸੇ ਵੀ ਸਹੂਲਤ ਦੇ ਲਈ ਕਾਫ਼ੀ ਦੂਰ ਜਾਣਾ ਪੈਂਦਾ ਅਤੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਉਹਨਾਂ ਹੋਰ ਕਿਹਾ ਕਿ ਅਕਾਲੀ ਦਲ ਤੋਂ ਕੌਂਸਲਰ ਰਹੇ ਵਿਅਕਤੀ ਨੇ ਇਲਾਕੇ ਦੇ ਵਿੱਚ ਕੁਝ ਨਹੀਂ ਕੀਤਾ ਇਸੇ ਕਰਕੇ ਇਸ ਵਾਰ ਉਹਨਾਂ ਦੀ ਟਿਕਟ ਕੱਟੀ ਗਈ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਇੱਕ ਵਾਰ ਜਿਤਾ ਦੇਣ ਫਿਰ ਉਹ ਇਲਾਕੇ ਦੇ ਵਿੱਚ ਵਿਕਾਸਾਂ ਦਾ ਹੱਲ ਲਿਆ ਲੈਣਗੇ ਜੀ ਸਾਹਿਬ ਤੁਸੀਂ 4 ਨੰਬਰ ਵਾਰਡ ਤੋਂ ਇਲੈਕਸ਼ਨ ਲੜ ਰਹੇ ਹੋ ਨਾ ਕਿਉਂਕਿ ਕੀ ਮੁੱਦਿਆਂ ਦੇ ਉੱਪਰ ਲੜਨੇ ਕਿਸ ਮੁੱਦਿਆਂ ਦੇ ਉੱਪਰ ਲੋਕਾਂ ਤੋਂ ਵੋਟ ਮੰਗੋਗੇ ਮੈਂ ਮੁਹੰਮਦ ਨਜ਼ੀਰ ਵਾਰਡ ਨੰਬਰ 4 ਠੀਕ ਹੈ ਕੈਂਡੀਡੇਟ ਮੈਂ ਚਾਹੁੰਦਾ ਜਿਹੜੇ ਮੇਰੇ ਮੁੱਦੇ ਨੇ ਬਸ ਇਹੀ ਨੇ ਕਿ ਮੈਂ ਜਿਹੜੇ ਮੇਰੇ ਵਾਰਡ 'ਚ ਠੀਕ ਹੈ ਕਿਸੇ ਵੀ ਗਰੀਬ ਨਾਲ ਧੱਕਾ ਹੋ ਰਿਹਾ ਠੀਕ ਹੈ ਉਹਨਾਂ ਦੇ ਕੰਮ ਕਾਰ ਨਹੀਂ ਹੋ ਰਹੇ ਉਹਨਾਂ ਨਾਲ ਦੁਸ਼ਮਣੀਆਂ ਕੱਢੀਆਂ ਜਾ ਰਹੀਆਂ ਨੇ ਇਹਨਾਂ ਦੀ ਕਾਂਗਰਸ ਸਰਕਾਰ ਆਈ ਇਹਨਾਂ ਨੇ ਗਰੀਬਾਂ ਦੇ ਕਾਰਡ ਕੱਟਣੇ ਸਟਾਰਟ ਕਰਤੇ ਉਹਨਾਂ ਦੀਆਂ ਗਰੀਬ ਮਾਵਾਂ ਦੀਆਂ ਪੈਨਸ਼ਨਾਂ ਕੱਟਣੀਆਂ ਸਟਾਰਟ ਕਰਤੀਆਂ ਠੀਕ ਹੈ ਉਹ ਵਿਚਾਰੀਆਂ ਇਹਨਾਂ ਕੋਲ ਜਾਂਦੀਆਂ ਤੀਆਂ ਤਾਂ ਉਹਨਾਂ ਨੂੰ ਇਹ ਜਲੀਲ ਕਰਕੇ ਠੀਕ ਹੈ ਇਹਨਾਂ ਨੇ ਬਹੁਤ ਜਲੀਲ ਕਰਕੇ ਲੋਕਡਾਊਨ 'ਚ ਉਹਨਾਂ ਨੂੰ ਰਾਸ਼ਨ ਦਿੱਤਾ ਬਕਾਇਦਾ ਉਹਨਾਂ ਦੀਆਂ ਰਸੋਈਆਂ ਤੱਕ ਵੀ ਇਹਨਾਂ ਨੇ ਚੈੱਕ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਵਾਰਡ ਦੇ ਮੇਰੇ ਮੁਹੱਲੇ ਦੇ ਕੋਈ ਵੀ ਗਰੀਬ ਇੱਦਾਂ ਜਲੀਲ ਹੋਵੇ ਔਰ ਮੈਂ ਚਾਹੁੰਦਾ ਮੈਂ ਇਹੀ ਮੁੱਦੇ 'ਤੇ ਇਲੈਕਸ਼ਨ ਲੜੂੰਗਾ ਇਨਸ਼ਾਅੱਲਾ ਕਿ ਮੇਰੀਆਂ ਮਾਵਾਂ ਭੈਣਾਂ ਜਿਹੜੀਆਂ ਵਿਧਵਾ ਬੈਠੀਆਂ ਨੇ ਜਾਂ ਹੋਰ ਮੇਰੇ ਭੈਣ ਭਾਈ ਜੋ ਵੀ ਇੱਥੇ ਮੇਰੀ ਵਾਰਡ 'ਚ ਗਰੀਬ ਬੈਠੇ ਨੇ ਮੈਂ ਉਹਨਾਂ ਦੀ ਅੱਗੇ ਹੋ ਕੇ ਮਦਦ ਕਰਾਂ ਔਰ ਉਹਨਾਂ ਦੀਆਂ ਅੱਲਾਂ ਚਾਹੇ ਪੈਨਸ਼ਨਾਂ ਲਵਾਵਾਂ ਕਾਰਡ ਲਵਾਵਾਂ ਨਾ ਕਿ ਮੈਂ ਉਹਨਾਂ ਦੇ ਕੱਟਾਂ ਮੈਂ ਕਿਸੇ ਨਾਲ ਕੋਈ ਜਾਤੀ ਮੁਖ ਉਹ ਦੁਸ਼ਮਣੀ ਨਹੀਂ ਰੱਖੂੰਗਾ ਪਹਿਲਾਂ ਵੀ ਇਸੇ ਵਾਰਡ ਤੋਂ ਇਸੇ ਪਾਰਟੀ ਦੇ ਉਹ ਸੀਗੇ ਕੌਂਸਲਰ ਜੀ ਉਹਨਾਂ ਨੇ ਇਹੋ ਜਿਹਾ ਕੁਛ ਨਹੀਂ ਕੀਤਾ ਜਿਹੜੀ ਕੋਈ ਲੜਾਈ ਤੁਸੀਂ ਲੜਨੀ ਚਾਹੁੰਦੇ ਉਹਨਾਂ ਨੇ ਕੀਤਾ ਥਾ ਸਰ ਉਹਨਾਂ ਨੇ ਕੀਤਾ ਥਾ ਤਾਂ ਹੀ ਤਾਂ ਲੋਕ ਮੇਰੇ ਕੋਲ ਆਉਂਦੇ ਸੀਗੇ ਅਤੇ ਮੈਨੂੰ ਵੀ ਬੁਰਾ ਲੱਗਦਾ ਸੀ ਮੈਨੇ ਉਹਨਾਂ ਨੂੰ ਰੋਕਿਆ ਵੀ ਥਾ ਉਹ ਤੋਂ ਬਾਅਦ ਫਿਰ ਜਿਹੜੇ ਇਹਨਾਂ ਦੇ ਕਾਂਗਰਸੀ ਸਰਕਾਰ ਆ ਗਈ ਅਤੇ ਉਹਨਾਂ ਨੇ ਨਹੀਂ ਤੁਹਾਡੇ ਵਾਰਡ ਦੇ ਮੇਰੇ ਪੁੱਛਣ ਦਾ ਮਤਲਬ ਹੈ ਜੀ ਵਾਰਡ ਤੋਂ ਜਿਹੜੇ ਕੌਂਸਲਰ ਸੀਗੇ ਜੀ 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 ਫਰੀਦਾ ਜੀ ਹਾਂਜੀ ਅਕਾਲੀ ਦਲ ਤੋਂ ਜੀ ਹਾਂਜੀ ਤੁਸੀਂ ਜਿਹੜਾ ਕੁਝ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੇ ਸਰ ਕੀ ਉਹਨਾਂ ਨੇ ਨਹੀਂ ਕੀਤਾ ਹੋ ਨਹੀਂ ਸਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨਹੀਂ ਹੈਗੀਆਂ ਹਾਂ ਲੋਕਾਂ ਦਾ ਸਾਥ ਨਹੀਂ ਦਿੱਤਾ ਅੱਜ ਉਹਨਾਂ ਨੇ ਇਸ ਕਰਕੇ ਉਹਨਾਂ ਨੂੰ ਨਕਾਰਤਾ ਲੋਕਾਂ ਨੇ ਠੀਕ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਕੋਈ ਜਿਹੜਾ ਵੀ ਹਮਦਰਦ ਆਵੇ ਕੋਈ ਪੜ੍ਹਿਆ ਲਿਖਿਆ ਆਵੇ ਜਿਹੜਾ ਉਹਨਾਂ ਦੀ ਆਵਾਜ਼ ਅੱਗੇ ਤੱਕ ਲਿਜਾਵੇ ਔਰ ਉਹਨਾਂ ਦੇ ਜਿਹੜੀ ਸਾਡੇ ਵਾਰਡ ਦੇ ਕੰਮ ਨੇ ਉਹਨਾਂ ਨੂੰ ਉਹਨਾਂ ਦੇ ਮੈਨੀਫੈਸਟੋ ਦੇ ਮੁਤਾਬਕ ਉਹਨਾਂ ਨੂੰ ਹੱਲ ਕਰੇ ਕੀ ਇਸ ਤੋਂ ਇਲਾਵਾ ਵਿਕਾਸ ਦੇ ਕੀ ਮੁੱਦੇ ਹੋਣਗੇ ਵਿਕਾਸ ਦੇ ਮੁੱਦੇ ਹੋਣਗੇ ਦੇਖੋ ਹਰ ਮੁਹੱਲੇ ਨੂੰ ਸਹੂਲਤ ਮਿਲੂਗੀ ਇਨਸ਼ਾਅੱਲਾ ਜਦੋਂ ਅੱਲਾਹ ਪਾਕ ਮੈਨੂੰ ਇੱਜ਼ਤ ਦਊਗਾ ਮੈਂ ਚਾਹੁੰਦਾ ਕਿ ਹਰ ਮੁਹੱਲੇ 'ਚ ਜਿਹੜਾ ਵੀ ਕੰਮ ਹੋਣ ਵਾਲਾ ਉਹਨੂੰ ਮੈਂ ਮੂਹਰੇ ਹੋ ਕੇ ਕਰਾਵਾਂ ਔਰ ਮੈਂ ਆਪਣੇ ਭਾਈਆਂ ਨੂੰ ਨਾਲ ਲੈ ਕੇ ਜੋ ਵੀ ਮੁਹੱਲੇ ਦੇ ਮੁੱਦੇ ਹੋਣਗੇ ਉੱਥੋਂ ਮੁਹੱਲੇ ਦੀ ਰਹਿ ਨਾਲ ਇਨਸ਼ਾਅੱਲਾ ਪੂਰੇ ਕਰਵਾਊਂਗਾ ਤੁਸੀਂ ਸੁਵਿਧਾ ਕੇਂਦਰ ਦੀ ਗੱਲ ਕਰੀ ਸੀ ਹਾਂ ਮੈਂ ਸੁਵਿਧਾ ਕੇਂਦਰ ਦੇਖੋ ਅਸੀਂ ਜਦੋਂ ਸਾਡੀ ਸਰਕਾਰ ਸੀ ਬਾਦਲ ਸਾਹਿਬ ਦੀ ਅਤੇ ਅਸੀਂ ਉਹਨਾਂ ਨੂੰ ਅਪੀਲ ਕਰਕੇ ਇੱਥੇ ਸੁਵਿਧਾ ਕੇਂਦਰ ਬਣਵਾਇਆ ਸਾਹਿਬ ਜਮਾਲਪੁਰੇ 'ਚ ਤਾਂ ਕਿ ਲੋਕਾਂ ਨੂੰ ਹਰਾਸਮੈਂਟ ਨਾ ਆਵੇ ਕੋਈ ਸ਼ਹਿਰ 'ਚ ਨਾ ਕਦੇ ਕਿਤੇ ਜਾਂਦੇ ਅਤੇ ਕਦੇ ਕਿਤੇ ਕਿਉਂਕਿ ਅਸੀਂ ਚਾਹੁੰਦੇ ਤੇ ਵੀ ਜਮਾਲਪੁਰਾ ਐਡਾ ਬੜਾ ਸ਼ਹਿਰ ਦਾ ਹਿੱਸਾ ਹੈ ਕਿਉਂਕਿ ਇੱਥੇ ਸੁਵਿਧਾ ਕੇਂਦਰ ਜ਼ਰੂਰੀ ਥਾ ਅਸੀਂ ਉਹਨਾਂ ਨੂੰ ਕਹਿ ਕੇ ਸਿਫਾਰਸ਼ਾਂ ਪਾ ਕੇ ਅਸੀਂ ਕਿਹਾ ਵੀ ਸਾਡੇ ਲੋਕ ਹੈਰਾਨ ਹੋ ਰਹੇ ਹੈ ਵੀ ਇੱਥੇ ਇੱਕ ਸੁਵਿਧਾ ਕੇਂਦਰ ਬਣਾਇਆ ਜਾਵੇ ਚਲੋ ਉਹਨਾਂ ਨੇ ਸਾਡੀ ਮੰਨੀ ਬਣਿਆ ਅਤੇ ਇਹ ਕਾਂਗਰਸ ਸਰਕਾਰ ਆਉਣ ਸਾਰ ਉਹਨਾਂ ਨੇ ਪਹਿਲਾਂ ਸੁਵਿਧਾ ਕੇਂਦਰ ਬੰਦ ਕਰਵਾਏ ਅੱਜ ਲੋਕਾਂ ਨੂੰ ਇੰਨੀ ਹਰਾਸਮੈਂਟ ਹੋ ਰਹੀ ਹੈ ਨਾ ਜੀ ਉੱਥੇ ਲਾਈਨਾਂ 'ਚ ਲੱਗਣਾ ਪੈਂਦਾ ਚਾਰ ਚਾਰ ਘੰਟੇ ਟੋਕਨ ਲੈ ਕੇ ਖੜਨਾ ਪੈਂਦਾ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਨੂੰ ਇੱਜ਼ਤ ਦੇਵੇ ਔਰ ਅਸੀਂ ਇਸ ਮੁੱਦੇ ਨੂੰ ਦੁਬਾਰਾ ਚੱਲਦਾ ਕਰੀਏ ਔਰ ਸੁਵਿਧਾ ਕੇਂਦਰ ਚਲਾਈਏ ਔਰ ਇਸ ਜਮਾਲਪੁਰੇ ਨੂੰ ਦੁਬਾਰਾ ਖੁਸ਼ਹਾਲ ਬਣਾਈਏ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮੁਕਾਬਲਾ ਕਿਸ ਕੈਂਡੀਡੇਟ ਨਾਲ ਹੋਊਗਾ ਚਾਰ ਮੇਨ ਕੈਂਡੀਡੇਟ ਨੇ ਜੀ ਜੀ ਕੀ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਦੇਖੋ ਜਿਹੜਾ ਮੁਕਾਬਲਾ ਹੋਊਗਾ ਜੀ ਵੱਧ ਤੋਂ ਵੱਧ ਕਾਂਗਰਸ ਨਾਲ ਹੋ ਸਕਦਾ ਇਹ ਤੋਂ ਉੱਪਰ ਨਹੀਂ ਕਿੰਨੀ ਕੁ ਵੋਟ ਨਾਲ ਲੀਡ ਕਰੂੰਗਾ ਇਨਸ਼ਾਅੱਲਾ ਮੈਂ ਘੱਟ ਤੋਂ ਘੱਟ 700-800 ਵੋਟ ਨਾਲ ਲੀਡ ਕਰੂੰਗਾ ਇਨਸ਼ਾਅੱਲਾ ਠੀਕ ਹੈ ਜੀ ਨਜ਼ੀਰ ਸਾਹਿਬ ਦੇ ਇਲੈਕਸ਼ਨ 'ਚ ਲੱਗੇ ਨੇ ਕਿੱਦਾਂ ਦੀ ਤੁਸੀਂ ਸਪੋਰਟ ਕਰਦੇ ਹੋ ਇਹਨਾਂ ਦੀ ਅਸੀਂ ਸਪੋਰਟ ਕਰਦੇ ਹਾਂ ਜੀ ਇਨਸ਼ਾਅੱਲਾ ਕਿ ਜਿਹੜਾ ਸਾਡਾ ਗਰੁੱਪ ਹੈ ਇਹ ਸਾਡੇ ਨਾਲ ਸਾਰਾ ਖੜ੍ਹਾ ਔਰ ਘਰ ਘਰ ਜਾ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਨਜ਼ੀਰ ਸਾਹਿਬ ਪੜ੍ਹੇ ਲਿਖੇ ਬੰਦੇ ਹੈ ਇਹਨਾਂ ਦੇ ਮੁਕਾਬਲੇ ਇੰਨਾ ਪੜ੍ਹਿਆ ਲਿਖਿਆ ਨਹੀਂ ਕੋਈ ਹੈ ਇਹਨੂੰ ਹਰ ਕਾਨੂੰਨ ਬਾਰੇ ਪਤਾ ਹੈ ਦੂਸਰੀ ਗੱਲ ਜਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਆਈ ਸੀ ਅਸੀਂ ਘਰ ਘਰ ਜਾ ਕੇ ਨੀਲੇ ਕਾਰਡ ਬਣਵਾਏ ਪੈਨਸ਼ਨਾਂ ਬਣਵਾਈਆਂ ਉਸ ਤੋਂ ਬਾਅਦ ਜਦੋਂ ਦੁਬਾਰਾ ਜਿਹੜੇ ਗਰੁੱਪ ਸਾਡੇ ਨਾਲ ਵਿਚਾਰੇ ਲੱਗੇ ਹੋਏ ਸੀ ਉਹਨਾਂ ਦੇ ਇਹਨਾਂ ਨੇ ਜਦੋਂ ਕਾਂਗਰਸ ਸਰਕਾਰ ਆਈ ਇਹਨਾਂ ਨੇ ਉਹਨਾਂ ਦੀਆਂ ਪੈਨਸ਼ਨਾਂ ਕੱਟਤੀਆਂ ਔਰ ਉਹਨਾਂ ਦੇ ਕਾਰਡ ਕੱਟਤੇ ਉਹ ਜਦੋਂ ਵਿਚਾਰੇ ਲੋਕ ਗਏ ਇਹਨਾਂ ਕੋਲ ਤਾਂ ਇਹ ਮੁੜ ਕੇ ਕਹਿੰਦੇ ਤੇ ਤੁਹਾਨੂੰ ਹੁਣ ਇੱਕ ਝੰਡਾ ਲਾਇਆ ਅਕਾਲੀ ਦਲ ਦਾ ਦੋ ਲਾ ਲਓ ਪਹਿਲਾਂ ਲਾਵਾਂਗੇ ਵਿੱਚ ਬੰਦੇ ਵਿਚਾਰੇ ਖਿੱਚ ਕੇ ਸਿੱਟਿਆ ਕਾਰਡ ਕਿ ਕੋਈ ਨਹੀਂ ਅਸੀਂ ਹੁਣ ਚਾਰ ਲਾਵਾਂਗੇ ਹੁਣ ਇਹ ਜਦ ਉਹਨਾਂ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਤਾਂ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਨੇ
फिर पूछ तो भजते की लगता लोग हम साथ दे रहे इंशाला असं जिथे भी जाने जो महल्ले अल्लाह के हुक्म सू उम्मीद अल्लाह के घर कि असं बहुत वधिया लीडर जित रहे हैं और हर बंदा सानू प्यार कर रहा है।